ਸਲਾਮ ਅਲੈਕੁਮ ਜੀ ਯਾਸਰ ਸੰਧੂ ਜੀ ਅੱਜ ਆਪਣੇ ਟਰੈਕਟਰ ਤੁਹਾਨੂੰ ਵਿਖਾਉਂਦੇ ਹਾਂ ਕਿ ਆਪਾਂ ਇਹਦਾ ਕੀ ਕਰਵਾਇਆ ਹੈ ਜਿੱਦਾਂ ਕਿ ਆਪਾਂ ਨੂੰ ਪਤਾ ਜੀ ਮਿਲਤ ਅਤੇ ਫੀਅਟ ਦਾ ਜਿਹੜਾ ਪੇਂਟ ਆ ਥਲੜਾ ਇੰਜਣ ਵਾਲਾ ਫੀਅਟ ਦਾ ਵੈਸੇ ਥੋੜ੍ਹੇ ਅਰਸੇ ਤੋਂ ਬਾਅਦ ਚਿਪਰਾਂ ਬਣ ਕੇ ਲੱਥਣ ਲੱਗ ਪੈਂਦਾ ਅਤੇ ਮੈਸੀ ਦਾ ਵੈਸੇ 100 ਘੰਟਾ ਚੱਲਣ ਤੋਂ ਬਾਅਦ ਜਿਹੜਾ ਆ ਉਹ ਵਾਈਟਨੈਸ ਦੇਣ ਲੱਗ ਪੈਂਦਾ ਥੱਲਿਓ ਆਪਾਂ ਇਹਨੂੰ ਮਾਰਿਆ ਜੀ ਲੈਕਰ ਥੱਲੇ ਗੋ ਕਿ ਮੈਂ ਲੇਟ ਹੋ ਗਿਆ ਥੋੜ੍ਹਾ ਜਿਹਾ ਇਸ ਵਾਰ ਇਹਨੂੰ 6 ਮਹੀਨੇ ਮੈਂ ਚਲਾਈ ਬੈਠਾ ਹਾਂ ਅਤੇ ਉਸ ਤੋਂ ਬਾਅਦ ਮਾਰਿਆ ਮੈਨੂੰ ਇਹ ਲੈਕਰ ਨਵਾਂ ਲੈਂਦਿਆਂ ਸਾਰੀ ਲਗਾ ਲੈਣਾ ਚਾਹੀਦਾ ਸੀ ਟਰੈਕਟਰ ਨੂੰ ਲੇਕਿਨ ਥੋੜ੍ਹਾ ਜਿਹਾ ਲੇਟ ਮਾਰਿਆ ਆਪਾਂ ਟਰੈਕਟਰ ਤਕਰੀਬਨ 75-75 ਘੰਟਾ ਚੱਲ ਗਿਆ ਅਤੇ ਹੁਣ ਆਪਾਂ ਲੈਕਰ ਇਹਦੇ 'ਤੇ ਮਾਰਿਆ ਇਹਦਾ ਫਾਇਦਾ ਜਿਹੜਾ ਆ ਉਹ ਇਹ ਹੈ ਕਿ ਸਾਲ ਕੁ ਬਾਅਦ ਜਾਂ 100-150 ਘੰਟਾ ਚੱਲਣ ਤੋਂ ਬਾਅਦ ਜਿਹੜਾ ਵਾਈਟਨੈਸ ਸਟਾਰਟ ਹੋ ਜਾਂਦੀ ਇੰਜਣ ਦੇ ਉੱਤੇ ਆਉਣਾ ਰੰਗ ਉਤਰਨਾ ਸ਼ੁਰੂ ਹੋ ਜਾਂਦਾ ਜਾਂ ਜਿੱਥੇ ਕਰੋਮ ਜਾਂ KDM ਹੋਇਆ ਹੋਇਆ ਜਿਹਨਾਂ ਨਾਲ ਅੜਕਾਬਲਿਆਂ ਨੂੰ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਜ਼ੰਗ ਲੱਗਣਾ ਸ਼ੁਰੂ ਹੋ ਜਾਂਦਾ ਇਹ ਉਹਨੂੰ ਉਹਦੇ ਉੱਤੇ ਲੋਕ ਕਰ ਦਿੰਦਾ ਉਹਨੂੰ ਕਹਿ ਲਓ ਇੱਦਾਂ ਕਹਿ ਲਓ ਵੀ ਸਾਦਾ ਲਫ਼ਜ਼ਾਂ 'ਚ ਇਹ ਪਾਣੀ ਦੀ ਸ਼ੀਸ਼ੇ ਦੀ ਜਾਂ ਪਲਾਸਟਿਕ ਦੀ ਇੱਕ ਤਹਿ ਤਰ੍ਹਾਂ ਹੁੰਦਾ ਆ ਲੈਕਰ ਜਿਹੜਾ ਪੇਂਟ ਦੇ ਉੱਤੇ ਨਾ ਤਾਂ ਜ਼ੰਗ ਪੈਣ ਦਾ ਹੈਗਾ ਨਾ ਪੇਂਟ ਚਿੱਪਰ ਬਣ ਕੇ ਉਤਰੇਗਾ ਔਰ ਇਹਦੇ ਉੱਤੇ ਜਿਹੜੀ ਡਸਟ ਪਏਗੀ ਅਗਰ ਆਪਾਂ ਕੱਪੜਾ ਹਵਾ ਜਾਂ ਪਾਣੀ ਮਾਰਦੇ ਹਾਂ ਤਾਂ ਉਹ ਫੌਰਨ ਉੱਪਰੋਂ ਥੱਲੇ ਆ ਜਾ ਕਰੇਗੀ ਢਲ ਕੇ ਅਤੇ ਇਹਨੂੰ ਆਪਾਂ ਲਗਾਇਆ ਇਹਦਾ ਖਰਚਾ ਤਕਰੀਬਨ 10-15 ਹਜ਼ਾਰ ਰੁਪਏ ਹੈ 3G ਆਟੋ ਵਾਲਿਆਂ ਨੇ ਇਹਨੂੰ ਲਗਾ ਕੇ ਦਿੱਤਾ ਮੈਨੂੰ ਅਗਰ ਜ਼ਿਲ੍ਹੇ ਵਿਹਾੜੀ ਦੇ ਇਰਦ ਗਿਰਦ ਦਾ ਕੋਈ ਬੰਦਾ ਲਗਾਉਣਾ ਚਾਹੇਗਾ ਤਾਂ ਮੈਂ ਤੁਹਾਨੂੰ ਇਹੀ ਰਿਕਮੈਂਡ ਕਰ ਦਿਆਂਗਾ ਇਹਨਾਂ ਕੋਲ ਜਾ ਕੇ ਲਗਾ ਲੈਣਾ ਅਤੇ ਖਰਚਾ ਐਡਾ ਜ਼ਿਆਦਾ ਕੋਈ ਨਹੀਂ ਬਲਕਿ ਮੈਂ ਤਾਂ ਇਹ ਕਹੂੰਗਾ ਵੀ ਨਵੇਂ ਟਰੈਕਟਰ ਨੂੰ ਹੀ ਲੈ ਕੇ ਫੌਰਨ ਲਗਾ ਲੈਣਾ ਚਾਹੀਦਾ ਉਹਦਾ ਜ਼ਿਆਦਾ ਫਾਇਦਾ ਆ ਹੁਣ ਮੈਨੂੰ ਥੋੜ੍ਹਾ ਜਿਹਾ ਇਹ ਨੁਕਸਾਨ ਹੋਇਆ ਕਿ ਹੁਣ ਮੈਂ ਲੇਟ ਲਗਾਇਆ ਇਹਦੇ ਜਿਹੜਾ KDM ਵਾਲੀਆਂ ਚੀਜ਼ਾਂ ਪਿੱਛੇ ਸੰਗਲੀਆਂ ਵਗੈਰਾ ਜਾਂ ਲਿੰਕਾਂ ਸੀਗੀਆਂ ਉਹਨਾਂ ਦੇ ਉੱਤੋਂ ਥੋੜ੍ਹਾ ਥੋੜ੍ਹਾ ਰੰਗ ਉਤਰ ਗਿਆ ਆ ਹੁਣ ਉਹ ਜ਼ਰੂਰ ਜ਼ਾਹਰੀ ਬਾਤ ਜਦੋਂ ਆਪਾਂ ਕੰਮ ਕਰਦੇ ਹਾਂ ਉਤਰਦਾ ਤਾਂ ਹੈ ਅਤੇ KDM ਜਿਹੜਾ ਹਿੱਸਾ ਹੋਇਆ ਹੋਇਆ ਸੀਗਾ ਉਹਦੇ ਉੱਤੋਂ ਵੀ ਥੋੜ੍ਹਾ ਥੋੜ੍ਹਾ ਰੰਗ ਉਤਰ ਗਿਆ ਸਿਰਫ ਇਹ ਮੇਰੇ ਇਹ ਕਾਬਲੇ ਬਾਹਰਲੇ ਬਚੇ ਹੋਏ ਆ ਬਾਕੀ ਥੋੜ੍ਹਾ ਥੋੜ੍ਹਾ ਜ਼ੰਗ ਪਕੜਨਾ ਸ਼ੁਰੂ ਕਰ ਗਿਆ ਸੀ ਸਿਰਫ 70-75 ਘੰਟੇ ਜੀ ਐਡਾ ਗੰਦਾ ਇਹਨਾਂ ਦਾ KDM ਆ ਨਟ ਕਾਬਲੇ ਨੂੰ ਔਰ ਇਹਨਾਂ ਦੇ ਉਹ ਪਰਾਂ ਜਿਹੜੇ ਆਪਣੇ ਲੀਵਰ ਲੱਗੇ ਜਾਂ ਸ਼ਾਫਟਾਂ ਲੱਗੀਆਂ ਕਿ ਉਹਨਾਂ ਨੂੰ ਹੁਣੇ ਜ਼ੰਗ ਪੈਣਾ ਸ਼ੁਰੂ ਹੋ ਗਿਆ ਹੁਣ ਇਹਨੂੰ ਆਪਾਂ ਜਿੱਥੇ ਕਰ ਦਿੱਤਾ ਨਾ ਇਹ ਲਗਾ ਦਿੱਤਾ ਹੈ ਲੈਕਰ ਇਹ ਉੱਥੇ ਹੁਣ ਇਸ ਤੋਂ ਬਾਅਦ ਹੁਣ ਪੇਂਟ ਐਡਾ ਸੌਖਾ ਖਰਾਬ ਨਹੀਂ ਹੁੰਦਾ ਫਿਰ ਮਾਰਕੀਟ ਦਾ ਮਸਲਾ ਬਣਦਾ ਲੋਕ ਕਹਿੰਦੇ ਮਾਰਕੀਟ ਮੇਰੀ ਸਮਝ 'ਚ ਇਹਦੇ ਵਿੱਚ ਕੋਈ ਮਾਰਕੀਟ ਨਾਲ ਫਰਕ ਨਹੀਂ ਪੈਂਦਾ ਸਮਝ 'ਚ ਕੀ ਬਲਕਿ ਪਏਗਾ ਹੀ ਨਹੀਂ ਕਿਉਂਕਿ ਆਪਾਂ ਕੋਈ ਆਪਣਾ ਉਹ ਐਸੀ ਚੀਜ਼ ਨਹੀਂ ਕਰ ਰਹੇ ਜਿਹੜਾ ਇਹਦਾ ਜੈਨੂਅਨ ਪਾਣੀ ਜਿਹਦੇ ਨਾਲ ਖਤਮ ਹੋਵੇ ਇਸ ਪੇਂਟ ਨੂੰ ਸਿਰਫ ਆਪਾਂ ਇੱਥੇ ਹੀ ਸਮਝ ਲਓ ਵੀ ਇਹਨੂੰ ਮਜ਼ਬੂਤ ਹੀ ਕਰਨਾ ਲੋਕ ਹੀ ਕਰਨਾ ਟਰੈਕਟਰ ਮੈਂ ਤੁਹਾਨੂੰ ਮਜ਼ੀਦ ਦਿਖਾ ਦਿੰਦਾ ਕਰੀਬ ਤੋਂ ਵੈਸੇ ਵੀ ਨਜ਼ਰ ਆ ਰਿਹਾ ਹੋਣਾ ਇਹਦੀ ਸ਼ਾਈਨ ਜਿਹੜੀ ਤੁਹਾਨੂੰ ਦੱਸਦੀ ਹੋਣੀ ਇਹ ਸ਼ਾਈਨ ਇਸੇ ਤਰੀਕੇ ਰਹੇਗੀ ਜੇ ਡਲ ਨਹੀਂ ਹੁੰਦੀ ਮਾਮੂਲੀ ਜਿਹਾ ਅਗਰ ਫਰਕ ਇੱਕ ਅਰਸੇ ਤੋਂ ਬਾਅਦ ਪਵੇ ਵੀ ਸਹੀ ਇੱਦਾਂ ਦਾ ਫਰਕ ਨਹੀਂ ਪਊਗਾ ਕਿ ਪੇਂਟ ਦੇ ਉੱਤੇ ਇਹਦੇ ਉੱਤੇ ਇੰਜਣ ਦੇ ਉੱਤੇ ਵਾਈਟਨੈਸ ਆ ਗਈ ਜਾਂ ਇਸ ਤਰ੍ਹਾਂ ਦੇ ਕੋਈ ਮਾਮਲਾ ਹੋ ਗਏ ਬਹਰਹਾਲ ਇੱਕ ਹੋਰ ਚੀਜ਼ ਕਰਨੀ ਹੈ ਕਿ ਲੈਕਰ ਅਗਰ ਜਦੋਂ ਮਾਰਨਾ ਹੈ ਤਾਂ ਕਿਸੇ ਚੰਗੇ ਸਹੀ ਬੰਦੇ ਕੋਲੋਂ ਲੈਕਰ ਮਰਾਉਣਾ ਹੈ ਅਕਲਮੰਦੀ ਨਾਲ ਲੈਕਰ ਯੂਜ਼ ਕਰੇ ਔਰ ਦੂਸਰਾ ਅੱਛਾ ਲੈਕਰ ਯੂਜ਼ ਕਰਨਾ ਮਾੜਾ ਲੈਕਰ ਨਹੀਂ ਮਾਰਨਾ ਵਰਨਾ ਸਸਤਾ ਲੈਕਰ ਮਾਰੋਗੇ ਬਹੁਤਾ ਸਸਤਾ ਅਤੇ ਉਹ ਫਿਰ ਉੱਤੇ ਉਹਦੇ ਕੋਈ ਯੈਲੋ ਸ਼ੇਡ ਜਾਂ ਇਸ ਤਰ੍ਹਾਂ ਦਾ ਸੀਨ ਜਿਹੜਾ ਹੈ ਉਹ ਹੋ ਜਾਏਗਾ ਹੁਣ ਮੈਂ ਤਾਂ ਨਾਲ ਇਹਦਾ ਲੈਕਰ ਬਚਾ ਹੋਇਆ ਦਿਖਾਉਣਾ ਇਹਦੇ 'ਤੇ ਅਤੇ ਇੱਕ ਚੀਜ਼ ਤੁਹਾਨੂੰ ਹੋਰ ਸ਼ੇਅਰ ਕਰਨੀ ਆ ਵੀ ਛੋਟੀਆਂ ਛੋਟੀਆਂ ਚੀਜ਼ਾਂ ਦਾ ਖਿਆਲ ਕਰਨਾ ਇੱਕ ਤਾਂ ਏਅਰ ਕਲੀਨਰ ਦਾ ਇੱਥੇ ਸ਼ੀਸ਼ਾ ਲੱਗਾ ਹੁੰਦਾ ਆ ਉਹਦਾ ਖਿਆਲ ਕਰਨਾ ਕਿ ਉਹ ਜਿਹੜਾ ਆ ਉਹਦੇ ਉੱਤੇ ਇਹਦੀ ਫੁਆਰ ਨਾ ਵੱਜੇ ਤਾਂ ਵੱਧ ਤੋਂ ਖਰਾਬ ਹੋ ਜਾਏਗਾ ਅਗਰ ਇਹਦੇ ਉੱਤੇ ਵੱਜ ਜਾਏਗਾ ਸ਼ੀਸ਼ਾ ਖਰਾਬ ਹੋ ਜਾਂਦਾ ਫਿਰ ਸ਼ੀਸ਼ਾ ਬਦਲਣਾ ਪੈਂਦਾ ਦੂਸਰਾ ਆਪਾਂ ਇਹਦੀ ਜਿਹੜੀ ਆ ਜੈਕ ਵਾਲੀ ਸ਼ਾਫਟ ਆ ਇਹਦੇ ਉੱਤੇ ਟੇਪ ਜ਼ਰੂਰ ਲਗਵਾ ਲੈਣੀ ਹੈ ਜੇ ਕੋਈ ਵੀ ਤੁਸੀਂ ਮਰਾਉਣਾ ਇਹ ਫਿਰ ਜੈਕ ਦੀਆਂ ਸੀਲਾਂ ਲੀਕ ਹੋਣ ਲੱਗ ਜਾਣਗੀਆਂ ਅਗਰ ਇਹਦੇ ਉੱਤੇ ਲੈਕਰ ਦੀ ਤਹਿ ਪੈ ਗਈ ਇਹਨੂੰ ਕਵਰ ਕਰਾ ਲੈਣਾ ਯਾਦ ਨਾਲ ਚਾਹੇ ਚੱਕ ਕੋਈ ਵੀ ਟਰੈਕਟਰ ਆ ਪਾਵਰ ਜੈਕ ਜਿਹੜਾ ਇਹਨੂੰ ਜ਼ਰੂਰ ਕਵਰ ਕਰਾ ਲੈਣਾ ਮੇਨ ਚੀਜ਼ ਜਿਹੜੀ ਆ ਨਾ ਲੈਕਰ ਮਾਰਨ ਤੋਂ ਪਹਿਲੇ ਸਫਾਈ ਦੇ ਉੱਤੇ ਜ਼ੋਰ ਦੇਣਾ ਜਿਸ ਬੰਦੇ ਕੋਲ ਧਵਾਉਣਾ ਨਾ ਉਹਨੂੰ ਕਹਿਣਾ ਵੀ ਤੂੰ ਮੇਰੇ ਕੋਲ 500 ਧੋਣ ਦਾ ਲੈਣਾ ਮੈਂ ਤੈਨੂੰ 600 ਦਿੰਦਾ ਪਰ ਇਸ ਜਗ੍ਹਾ 'ਤੇ ਕਿਸੇ ਜਗ੍ਹਾ 'ਤੇ ਇਹਦੇ ਕਾਲੋ ਨਾ ਰਵੇ ਅਤੇ ਕਿਸੇ ਜਗ੍ਹਾ 'ਤੇ ਉੱਤੇ ਮੈਲ ਨਾ ਰਵੇ ਠੀਕ ਹੈ ਜਿੰਨਾ ਜ਼ਿਆਦਾ ਸਫਾਈ ਹੋਊਗੀ ਲੈਕਰ ਵੱਜੂਗਾ ਉਨਾ ਹੀ ਜ਼ਿਆਦਾ ਟਰੈਕਟਰ ਜਿਹੜਾ ਬਾਅਦ ਵਿੱਚ ਨਿਖਰਿਆ ਹੋਇਆ ਨਜ਼ਰ ਆਏਗਾ ਇਹ ਸ਼ਾਈਨ ਕਰੀਬ ਤੋਂ ਦੇਖ ਸਕਦੇ ਹਾਂ ਤੁਸੀਂ ਇਹ ਇਸੇ ਤਰੀਕੇ ਹੀ ਰਹਿ ਗਿਆ ਡਸਟ ਪਈ ਹੈ ਇਹਦੇ ਉੱਤੇ ਮੈਂ ਲੈਕਰ ਕਾਫੀ ਦਿਨਾਂ ਦਾ ਵੱਜਾ ਖੜਾ ਅਤੇ ਮੈਂ ਅੱਜ ਹੀ ਫਿਰ ਪਹੁੰਚਿਆ ਟਾਈਮ ਹੀ ਨਹੀਂ ਲੱਗਾ ਸੀ ਮੇਰਾ ਤਾਂ ਮੈਂ ਜੇ ਹਲੇ ਸ਼ੋਅ ਵੀ ਨਹੀਂ ਰਖਾਈ ਉਸ ਤੋਂ ਪਹਿਲੇ ਮੈਂ ਸ਼ੋਅ ਵੀ ਰਖਾਵਾਂ ਇਸ ਤੋਂ ਪਹਿਲੇ ਮੈਂ ਤੁਹਾਨੂੰ ਟਰੈਕਟਰ ਦਿਖਾ ਰਿਹਾ ਦੇਖੋ ਜੀ ਇਹ ਪੇਂਟ ਜੈਨੂਅਨ ਆ ਟੋਟਲ ਪੇਂਟ ਜੈਨੂਅਨ ਆ ਕਈ ਲੋਕ ਇਹ ਕਰਦੇ ਨੇ ਲੈਕਰ ਦੇ ਵਿੱਚ ਅਗਰ ਪੇਂਟ ਥੋੜ੍ਹਾ ਜਿਹਾ ਮੱਠਾ ਹੋ ਜਾਂਦਾ ਜਿਸਲੇ ਤਾਂ ਵੱਧ ਤੋਂ ਕਰਦੇ ਇੰਜ ਆ ਵੀ ਇਹਦੇ ਲੈਕਰ ਦੇ ਵਿੱਚ ਹਲਕਾ ਜਿਹਾ ਪੇਂਟ ਸ਼ਾਮਿਲ ਕਰ ਲੈਂਦੇ ਆ ਤਾਂ ਕਿ ਇੱਕ ਕਲਰ ਥੋੜ੍ਹਾ ਜਿਹਾ ਅੱਛਾ ਹੋ ਜਾਵੇ ਔਰ ਇੱਕ ਤਹਿ ਜਿਹੜੀ ਆ ਉਹ ਟਰੈਕਟਰ ਨਵਾਂ ਨਵਾਂ ਫੀਲ ਹੋਵੇ ਇਹ ਤਾਂ ਆਲਰੇਡੀ ਨਵਾਂ ਹੈ ਇਹ ਨਵੇਂ ਦੇ ਉੱਤੇ ਵੱਜਾ ਹੋਇਆ ਹਾਂਜੀ ਇਹਦੇ ਵਿੱਚ ਤੁਹਾਨੂੰ ਕੋਈ ਵਪਾਰੀ ਹਜ਼ਰਾਤ ਟਰੈਕਟਰਾਂ ਵਾਲੇ ਤੁਹਾਨੂੰ ਬਲੈਕਮੇਲ ਵੀ ਨਹੀਂ ਕਰ ਸਕਦੇ ਕਿ ਤੁਸੀਂ ਜੀ
ਇਹਨੂੰ ਇਹ ਜੀ ਨਾਨ ਜੈਨੂਇਨ ਚੀਜ਼ ਆ ਕੋਈ ਇਹ ਬਿਲਕੁਲ ਨਾਨ ਜੈਨੂਇਨ ਨਹੀਂ ਆ ਇਹਦੇ ਨਾਲ ਟਰੈਕਟਰ ਦੀ ਮਾਰਕੀਟ ਤੇ ਫਰਕ ਨਹੀਂ ਪਏਗਾ ਬਲਕਿ ਮਾਰਕੀਟ ਬਣੇਗੀ ਉਹਦੀ ਵਜ੍ਹਾ ਵੀ ਇਹ ਲੈਕਰ ਵਾਲੇ ਹੋ ਜਿਹੜੇ ਅਸੀਂ ਟਰੈਕਟਰ ਪਹਿਲੇ ਸੀ ਜਦੋਂ ਵਪਾਰੀ ਜਾਂ ਕੋਈ ਖਰੀਦਦਾਰ ਆਉਂਦਾ ਆ ਤੇ ਉਹ ਇਹੀ ਕਹਿੰਦਾ ਕਹਿੰਦਾ ਯਾਰ ਟਰੈਕਟਰ ਤੁਹਾਡੇ ਨੂੰ ਰੰਗ ਕੋਈ ਸਪੈਸ਼ਲ ਹੋ ਕੇ ਆਇਆ ਇਹ ਮਤਲਬ ਇੰਨਾ ਅੱਛਾ ਕਲਰ ਹੋਇਆ ਇਹਨੂੰ ਇਤਨਾ ਸ਼ਾਈਨ ਇਤਨਾ ਮਜ਼ਬੂਤ ਹਾਲਾਂਕਿ ਸੀਨ ਕੋਈ ਨਹੀਂ ਹੁੰਦਾ ਸਵਾਏ ਇਸ ਤੋਂ ਆਹ ਦੇਖੋ ਲੈ ਡਸਟ ਪਈ ਹੈ ਡਸਟ ਦੇ ਵਿੱਚੋਂ ਵੀ ਸ਼ਾਈਨ ਜਿਹੜੀ ਆ ਉਹ ਜਾਂਕਦੀ ਆ ਇਹ ਸਾਰੇ ਦੇ ਉੱਤੇ ਡਸਟ ਪਈ ਹੈ ਜਿੰਨੀ ਜਗ੍ਹਾ ਤੁਸੀਂ ਦੇਖ ਰਹੇ ਆ ਇਹਨੂੰ ਮੈਂ ਸਾਫ਼ ਕਰਨ ਵਾਲੀ ਜ਼ਹਿਮਤ ਨਹੀਂ ਕੀਤੀ ਮੈਂ ਕਿਹਾ ਵੀ ਮੁੱਦਾ ਜਿਹੜਾ ਆ ਉਹ ਦੱਸਣਾ ਜ਼ਰੂਰੀ ਹੈ ਬਜਾਏ ਇਸ ਦੇ ਸਾਫ਼ ਕਰਕੇ ਤੈਨੂੰ ਬਹੁਤ ਹੀ ਮੈਂ ਇਹਦੀ ਥੱਲਿਓਂ ਕੋਈ ਚਮਕ ਕੱਢ ਕੇ ਦਿਖਾਵਾਂ ਜਾਂ ਇਸ ਤਰ੍ਹਾਂ ਦਾ ਸੀਨ ਕਰਾਂ ਇਹਦੇ ਰਿਮਾਂ 'ਤੇ ਵੀ ਆਪਾਂ ਮਰਾਤਾ ਲੈਕਰ ਦੇਖ ਸਕਦੇ ਬੈਕ ਹਿੱਸਾ ਹੁਣ ਬਾਬਾ ਜੀ ਉੱਤੇ ਡਸਟ ਜਾਂ ਦੂਸਰਾ ਜਿਹੜਾ ਤਰੇਲ ਨਾਲ ਜਿਹੜਾ ਜ਼ੰਗ ਪੈਣਾ ਜਾਂ ਕੇਡੀਐਮ ਜਿੱਥੇ ਹੋਈਆਂ ਹੁੰਦੀਆਂ ਆਹ ਚੀਜ਼ਾਂ ਇਹ ਛੇਤੀ ਖਰਾਬ ਨਹੀਂ ਹੋਣਗੀਆਂ ਕੇਡੀਐਮ ਹੋਈਆਂ ਇਹਨਾਂ ਦੇ ਉੱਤੇ ਬਲਕਿ ਮੈਂ ਇੱਕ ਇੱਕ ਤੈਅ ਹੋਰ ਲਗਵਾਉਣੀਆਂ ਜਿਹੜੀਆਂ ਕੇਡੀਐਮ ਚੀਜ਼ਾਂ ਨੇ ਇਹਨਾਂ ਦੇ ਉੱਤੇ ਇੱਕ ਤੈਅ ਮੈਂ ਦੁਬਾਰਾ ਫਿਰ ਲਗਵਾਵਾਂਗਾ ਹੁਣ ਇਹਨਾਂ ਕੋਲੋਂ ਸ਼ਾਈਨ ਚੈੱਕ ਕਰੋ ਇਹ ਸਾਰਾ ਵਾਈਟਨੈਸ ਦੇਣਾ ਸ਼ੁਰੂ ਹੋ ਗਿਆ ਸੀ ਇਹ ਵੀ ਹੁਣ 70-75 ਘੰਟੇ ਤੋਂ ਬਾਅਦ ਹੀ ਲੇਕਿਨ ਹੁਣ ਤੁਸੀਂ ਵੇਖ ਸਕਦੇ ਹਾਂ ਹੁਣ ਨਜ਼ਾਰਾ ਬਣਿਆ ਪੂਰਾ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣੀ ਇਹਦੇ ਬਾਰੇ ਅਗਰ ਤੁਹਾਡੇ ਕੋਲ ਕੋਈ ਸਵਾਲ ਜਵਾਬ ਕੋਈ ਚੀਜ਼ ਹੋਵੇ ਕਮੈਂਟ ਕਰ ਦੇਣਾ ਕੋਈ ਚੀਜ਼ ਕਈ ਵਾਰੀ ਵੀਡੀਓ 'ਚ ਰਹਿ ਜਾਂਦੀ ਆ ਅਤੇ ਉਹ ਆਪਾਂ ਥੱਲੇ ਕਮੈਂਟਾਂ 'ਚ ਕਲੀਅਰ ਕਰ ਦੇਵਾਂਗੇ ਕੋਈ ਮਸਲਾ ਨਹੀਂ ਵਿਹਾੜੀ ਦੇ ਵਿੱਚ ਕਿਸੇ ਨੂੰ ਜ਼ਰੂਰਤ ਹੋਵੇ ਅਤੇ ਉਹ ਆਪਾਂ ਜਗ੍ਹਾ ਰਿਕਮੈਂਡ ਕਰ ਦੇਵਾਂਗੇ ਅਤੇ ਅੱਛਾ ਲੈਕਰ ਜਿਹੜਾ ਆ ਮੁਨਾਸਬ ਕੀਮਤ 'ਚ ਮਰਾ ਲਵਾਂਗੇ ਇਹਦਾ ਕੋਈ ਨਫ਼ਾ ਨੁਕਸਾਨ ਅਗਰ ਤੁਸੀਂ ਜਾਣਦੇ ਹੋਵੋ ਤਾਂ ਉਹ ਮੈਨੂੰ ਕਮੈਂਟ ਕਰਕੇ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਬਾਕੀ ਦੋਸਤਾਂ ਨੂੰ ਜਿਹੜਾ ਉਹ ਪਤਾ ਜਿਹੜਾ ਉਹ ਲੱਗੇ ਕੋਈ ਵੀ ਇਨਫੋਰਮੇਸ਼ਨ ਜਾਂ ਇਸ ਤਰ੍ਹਾਂ ਦੀ ਚੀਜ਼ ਜਿਹੜੀ ਜਾਇਜ਼ ਆ ਉਹ ਸ਼ੇਅਰ ਕਰਨਾ ਸਦਕਾ ਜਾਰੀਆ ਸਮਝਦਾ ਮੈਂ ਸੋ ਇਸ ਕਰਕੇ ਮੇਰੇ ਨਾਲ ਵੀ ਤੁਸੀਂ ਸ਼ੇਅਰ ਕੀਤੀ ਰੱਖਿਆ ਕਰੋ ਲਾਜ਼ਮੀ ਨਹੀਂ ਹੈ ਵੀ ਮੈਂ ਹੀ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਚੀਜ਼ ਕਰੀਏ ਤਾਂ ਸ਼ੇਅਰ ਖਾਨੀ ਚੈੱਕ ਕਰੋ ਇਹ ਜਾਲੀ ਕਿੰਨੀ ਡੱਲ ਹੁੰਦੀ ਆ ਇਹਦੇ ਇਸ ਜਗ੍ਹਾ ਦੇ ਉੱਤੋਂ ਹੁਣ ਚਿੱਪਰਾਂ ਵੀ ਲੱਥਣੀਆਂ ਸ਼ੁਰੂ ਹੋ ਗਈਆਂ ਹੁਣ ਲੈਕਰ ਵੱਜਾ ਅਤੇ ਹੁਣ ਬਾਬੇ ਚੈੱਕ ਕਰੋ ਇਹਦਾ ਨਜ਼ਾਰਾ ਇੱਥੇ ਚੈੱਕ ਕਰੋ ਕਲਰ ਇਹਦੇ 'ਤੇ ਲੈਕਰ ਵੱਜਾ ਹੈ ਹਾਲਾਂਕਿ ਮਰਾਊ ਨਹੀਂ ਸੀ ਫਿਰ ਮੈਂ ਕਿਹਾ ਯਾਰ ਮਾਰ ਦਿਉ ਇਹ ਜਾਲੀ ਦੇ ਵਿੱਚ ਪਾਣੀ 'ਚ ਖੜਾ ਹੋ ਜਾਂਦਾ ਅਤੇ ਵੱਤ ਪਹਿਲੇ ਜਾਂਦੀ ਹੈ ਇਹ ਦੂਸਰੀ ਸਾਈਡ ਅੱਛਾ ਜੀ ਸ਼ੋਅ ਵਾਲੀ ਸੀਨ ਆ ਸ਼ੋਅ ਦੇ ਉੱਤੇ ਕਹਿੰਦੇ ਹੁਣ ਬੰਦੇ ਵੀ ਸ਼ੋਅ 'ਤੇ ਮਾਰਿਆ ਜਾਂ ਕਿ ਨਹੀਂ ਮਾਰਿਆ ਜਾਂ ਮਾਰਨਾ ਚਾਹੀਦਾ ਜਾਂ ਨਹੀਂ ਉਹਦੇ ਬਾਰੇ ਹਲੇ ਤੁਹਾਨੂੰ ਮੈਂ ਕੋਈ ਰਿਕਮੈਂਡ ਨਹੀਂ ਕਰਦਾ ਹੈਗਾ ਸ਼ੋਅ ਦੇ ਉੱਤੇ ਅਸੀਂ ਮਾਰ ਕੇ ਪਹਿਲੇ ਖੁਦ ਤਜਰਬਾ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਮਾਰਨਾ ਚਾਹੀਦਾ ਜਾਂ ਨਹੀਂ ਮਾਰਨਾ ਚਾਹੀਦਾ ਪਹਿਲੇ ਅਸੀਂ ਸਹੀ ਕਰਾਂਗੇ ਜਾਂ ਖਰਾਬ ਕਰਾਂਗੇ ਆਪਣਾ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਅਗਲੀ ਗੱਲ ਦੱਸਾਂਗੇ ਇਹ ਬਾਬਾ ਜੀ ਚੈੱਕ ਕਰੋ ਇੱਥੇ ਪਿੱਛੇ ਡਸਟ ਪਈ ਤੁਹਾਨੂੰ ਤਾਂ ਹਲੇ ਹਲੇ ਵਾਈਟਨੈਸ ਨਜ਼ਰ ਆਉਂਦੀ ਹੋਣੀ ਹੈ ਜਿਸਲੇ ਡਸਟ ਉਤਰ ਗਿਆ ਦੇਖ ਲਓ ਡਸਟ ਅਤੇ ਬਗੈਰ ਡਸਟ ਤੋਂ ਕਿੰਨਾ ਫਰਕ ਆ ਇੱਥੇ ਡਸਟ ਆ ਇੱਥੇ ਡਸਟ ਹੈ ਨਹੀਂ ਗੀ ਕਰੋ ਜੀ ਚੈੱਕ ਠੀਕ ਹੈ ਜੀ ਇਸ ਤੋਂ ਇਲਾਵਾ ਇਹਦੇ ਉੱਤੇ ਮੈਂ ਇਨਸ਼ਾਅੱਲਾ ਅਗਲੀ ਵੀਡੀਓ ਬਣਾਵਾਂਗਾ ਅਤੇ ਤੁਹਾਨੂੰ ਮੈਂ ਇਹਦੇ ਵਾਸਤੇ ਇੱਕ ਜਿਹੜਾ ਬਣਾਇਆ ਆ 2-wheeler 4-wheeler ਦੋਨਾਂ ਵਾਸਤੇ ਇੱਕ ਬਣਾਇਆ ਆ ਇੱਥੇ ਸ਼ੀਟ ਬਣਵਾਈ ਆ ਰੱਖਣ ਵਾਸਤੇ ਉਹ ਮੈਂ ਤੁਹਾਨੂੰ ਉਹ ਵੀ ਸ਼ੇਅਰ ਕਰਾਂਗਾ ਬੜੀ ਅੱਛੀ ਉਹਦੇ ਉੱਤੇ ਫੋਮ ਥੋੜ੍ਹਾ ਜਿਹਾ ਪਵਾਇਆ ਜਿਹਦੇ ਨਾਲ ਪੈਰਾਂ ਨੂੰ ਹੀਟ ਹੂਟ ਨਹੀਂ ਪਹੁੰਚਦੀ ਤੁਸੀਂ ਜੁੱਤੀ ਲਾ ਕੇ ਵੀ ਟਰੈਕਟਰ ਚਲਾਉਂਦੇ ਰਹੋ ਤਾਂ ਵੀ ਮਸਲਾ ਕੋਈ ਨਹੀਂ ਉਹ ਵੀ ਇਨਸ਼ਾਅੱਲਾ ਤੁਹਾਨੂੰ ਦਿਖਾਇਆ ਜਾਏਗਾ ਇਹ ਕੇਡੀਐਮ ਐ ਹੁੰਦਾ ਜੀ ਇਹ ਚੀਜ਼ਾਂ ਜਿਹੜੀਆਂ ਇਹ ਇਹਨੂੰ ਕਰੋਮ ਕੇਡੀਐਮ ਕੁਛ ਵੀ ਕਹਿ ਲੈਂਦੇ ਆ ਇਹ ਚੀਜ਼ਾਂ ਹੁੰਦੀਆਂ ਇਹਨਾਂ ਨੂੰ ਜ਼ੰਗ ਪੈਣਾ ਸ਼ੁਰੂ ਹੋ ਜਾਂਦਾ ਵੇਖੋ ਹਲਕਾ ਹਲਕਾ ਜਿਹੜਾ ਨਾ ਆਪਣਾ ਕਲਰ ਚੇਂਜ ਕਰਨਾ ਸ਼ੁਰੂ ਕਰ ਰਿਹਾ ਸੀ ਇਹ ਸੋ ਇਹ ਹੁਣ ਲੈਕਰ ਵੱਜਣਾ ਇਹ ਇੱਥੇ ਹੀ ਰੁਕ ਜਾਏਗਾ ਇਸ ਤੋਂ ਅੱਗੇ ਨਹੀਂ ਵਧੇਗਾ ਥੈਂਕਸ ਫਾਰ ਵਾਚਿੰਗ ਜੀ